ਸਤਿ ਸ਼੍ਰੀ ਅਕਾਲ, ਮੈਂ ਹਾਂ ਆਪਣੀ ਅਸਮ ਜੈੱਟ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ। ਜਾਣਾਂਗੇ ਹਾਲ ਸੂਬੇ ਤੋਂ ਲੈ ਕੇ ਦੇਸ਼ ਦੇ ਵਿੱਚ ਹੋ ਰਹੀ ਰਾਜਨੀਤੀ ਅਤੇ ਕੀ ਕੁਝ ਵਾਪਰਿਆ ਤੇ ਨਜ਼ਰ ਪਾਉਂਦੇ ਹਾਂ ਹੁਣ ਅੱਜ ਦੀਆਂ ਮੁੱਖ ਸੁਰਖੀਆਂ ਤੇ। ਰਾਜਪਾਲ ਪੁਰੋਹਿਤ ਦੇ ਸੀਐਮ ਮਾਨ ਨੂੰ ਸਿੱਧੀ ਚੇਤਾਵਨੀ, ਕਿਹਾ ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਮਜਬੂਰਨ ਮੈਨੂੰ ਕਰਨੀ ਪਵੇਗੀ ਕਾਰਵਾਈ। ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ। ਪੰਜਾਬ 'ਚ ਈ ਨੇਮ ਰਾਹੀਂ 10,000 ਕਰੋੜ ਦਾ ਈ ਵਪਾਰ, ਪੰਜਾਬ ਦੀਆਂ 79 ਮੰਡੀਆਂ ਈ ਨੇਮ ਪੋਰਟਲ ਨਾਲ ਜੁੜੀਆਂ। ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ। ਪਾਵਰਕਮ ਨੇ ਬਿੱਲਾਂ ਦੇ ਬਕਾਏ ਭਰਨ ਲਈ ਯਕਮੁਸ਼ਤ ਨਿਬੇੜਾ ਸਕੀਮ ਦੀ ਮਿਆਦ ਵਧਾਈ। ਸੀਐਮ ਮਾਨ ਦੀ ਗਵਰਨਰ ਨੂੰ ਦੋ ਟੁੱਕ, ਕਿਹਾ ਮੈਂ ਕੋਈ ਸਮਝੌਤਾ ਨਹੀਂ ਕਰਾਂਗਾ, ਤੁਸੀਂ ਕਦੇ ਮੈਨੂੰ RDF GST ਕਿਸਾਨਾਂ ਬਾਰੇ ਅਤੇ ਕਿੰਨਾ ਪੈਸਾ ਫਸਿਆ ਹੈ ਨਹੀਂ ਪੁੱਛਿਆ। ਸੂਬੇ 'ਚ ਸੈਰ ਸਪਾਟੇ ਨੂੰ ਹੁਲਾਰਾ ਦੇਵੇਗੀ ਮਾਨ ਸਰਕਾਰ। ਫਿਲਮਾਂ 'ਚ ਦਿਖਾਣਗੀਆਂ ਹਵੇਲੀਆਂ। ਅੰਮ੍ਰਿਤਸਰ ਬਣੇਗਾ ਵੈਡਿੰਗ ਡੈਸਟੀਨੇਸ਼ਨ। ਫਿਰੋਜ਼ਪੁਰ 'ਚ ਵੱਡੀ ਘਟਨਾ, ਮੋਬਾਈਲ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਹੋਈ ਫਾਇਰਿੰਗ, ਦੋ ਸਕੇ ਭਰਾਵਾਂ ਦੀ ਹੋਈ ਮੌਤ। NIA ਦਾ ਵੱਡਾ ਐਕਸ਼ਨ, ਗੈਂਗਸਟਰ ਲਖਬੀਰ ਸਿੰਘ ਲੰਡਾ ਦੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਲੰਡਾ ਹਰੀਕੇ 'ਚ 4 ਏਕੜ ਜ਼ਮੀਨ ਕੀਤੀ ਜ਼ਬਤ। ਲੁਧਿਆਣਾ ਰਿਸ਼ਵਤ ਮਾਮਲੇ 'ਚ ਮਹਿਲਾ ਐਡਿਟ ਅਫਸਰ ਸਸਪੈਂਡ। PAU ਪ੍ਰਸ਼ਾਸਨ ਨੇ ਸਰਕਾਰ ਨੂੰ ਰਿਪੋਰਟ ਭੇਜ ਕੇ ਕੀਤੀ ਸੀ ਕਾਰਵਾਈ ਕਰਨ ਦੀ ਅਪੀਲ। ਫਰੀਦਕੋਟ 'ਚ CIA ਸਟਾਫ ਨੂੰ ਮਿਲੀ ਕਾਮਯਾਬੀ, 50 ਲੱਖ ਦੀ ਹੈਰੋਇਨ ਸਮੇਤ ਤਸਕਰ ਕੀਤਾ ਗ੍ਰਿਫਤਾਰ। ਹਰਿਆਣਾ ਦੇ ਨੂੰਹ 'ਚ 28 ਅਗਸਤ ਤੱਕ ਮੋਬਾਈਲ ਇੰਟਰਨੈਟ ਸੇਵਾ ਮੁਅੱਤਲ। VHP ਨੇ ਫਿਰ ਬ੍ਰਿਜਮੰਡਲ ਯਾਤਰਾ ਕੱਢਣ ਦਾ ਕੀਤਾ ਐਲਾਨ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀ ਨੈਟਵਰਕ ਦਾ ਪਰਦਾਫਾਸ਼, ਹਥਿਆਰਾਂ ਦਾ ਜ਼ਖੀਰਾ ਬਰਾਮਦ, ਔਰਤ ਸਮੇਤ 1 ਅੱਤਵਾਦੀ ਕੀਤਾ ਗ੍ਰਿਫਤਾਰ। ਸਰੋੜ ਟੋਲ ਪਲਾਜ਼ਾ ਦੇ ਵਿਰੋਧ 'ਚ ਅੱਜ ਜੰਮੂ ਬੰਦ। 31 ਅਗਸਤ ਤੋਂ ਟਰਾਂਸਪੋਰਟਰਾਂ ਦੀ ਅਣਮਿੱਥੇ ਸਮੇਂ ਲਈ ਹੋਵੇਗੀ ਹੜਤਾਲ। ਭਾਰਤ ਨੇ ਚੰਦਰਮਾ ਤੇ ਬਣਾਏ ਸ਼ਿਵ ਸ਼ਕਤੀ ਅਤੇ ਤਿਰੰਗਾ ਪੁਆਇੰਟਸ। 23 ਅਗਸਤ ਨੂੰ ਮਨਾਇਆ ਜਾਵੇਗਾ ਨੈਸ਼ਨਲ ਸਪੇਸ ਡੇ। ਤਮਿਲਨਾਡੂ 'ਚ ਵੱਡੀ ਘਟਨਾ, ਕਾਫੀ ਬਣਾਉਂਦੇ ਸਮੇਂ ਸਿਲੰਡਰ 'ਚ ਹੋਇਆ ਧਮਾਕਾ, ਟ੍ਰੇਨ ਦੇ ਕੋਚ 'ਚ ਲੱਗੀ ਅੱਗ, 10 ਲੋਕਾਂ ਦੀ ਹੋਈ ਮੌਤ, 20 ਲੋਕ ਹੋਏ ਜ਼ਖਮੀ। PM ਮੋਦੀ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ ਕੀਤੀ ਮੁਲਾਕਾਤ। ਚੰਦਰਯਾਨ 3 ਦੇ ਸਫਲ ਲੈਂਡਿੰਗ ਤੇ ਦਿੱਤੀ ਵਧਾਈ। ਸਤਿੰਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਰਾਹਤ, ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ 1 ਸਤੰਬਰ ਤੱਕ ਵਧਾਈ। ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦੇਹਾਂਤ, 82 ਸਾਲ ਦੀ ਉਮਰ 'ਚ ਲਏ ਆਖਰੀ ਸਾਹ। 100 ਤੋਂ ਵੱਧ ਫਿਲਮਾਂ ਲਈ ਲਿਖੇ ਸਨ ਸੁਪਰਹਿੱਟ ਗੀਤ। ਅਮਰੀਕਾ ਤੋਂ ਵੱਡੀ ਖਬਰ, ਪੰਜਾਬੀ ਨੌਜਵਾਨ ਨੇ ਪ੍ਰੇਮਿਕਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ 'ਚ ਹੋਈ 12 ਸਾਲ ਦੀ ਜੇਲ੍ਹ, ਡਰੱਗਸ ਦੀ ਤਸਕਰੀ ਦਾ ਲੱਗਾ ਦੋਸ਼। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਵੱਡਾ ਫੈਸਲਾ, ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਦੇ ਸੱਦੇ ਨੂੰ ਕੀਤਾ ਸਵੀਕਾਰ। ਇਸਨ ਹੁਣ ਤੱਕ ਦੀਆਂ ਮੁੱਖ ਖਬਰਾਂ, ਕੱਲ ਫਿਰ ਹਾਜ਼ਰ ਹੋਵਾਂਗੇ ਸੂਬੇ ਦੇ ਨਾਲ ਨਾਲ ਦੇਸ਼ ਦੇਸ਼ ਦੀਆਂ ਮੁੱਖ ਸੁਰਖੀਆਂ ਲੈ ਕੇ। ਦੇਖਦੇ ਰਹੋ ਐਸਐਮ ਚੈਨਲ।